ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਪੰਜਾਬ ਹਰਿਆਣਾ ਹਿਮਾਚਲ ਦੇਖ ਰਹੇ ਹੋ ਤੁਸੀਂ, ਮੈਂ ਗੁਰਪ੍ਰੀਤ ਸਿੰਘ। ਗੱਲ ਗੁਰਦਾਸਪੁਰ ਦੀ ਚੋਣ ਦੀ ਹੋ ਰਹੀ ਹੈ, ਨਵੇਂ ਦੌਰ ਦੇ ਵਿੱਚ ਦੇਸ਼ ਦੀ ਸਿਆਸਤ ਵੀ ਬਦਲ ਰਹੀ ਹੈ। ਸੋਸ਼ਲ ਮੀਡੀਆ ਦੇ ਫੈਲੇ ਹੋਏ ਜਾਲ ਨੇ ਚੋਣਾਂ ਨੂੰ ਵੀ ਵਰਚੁਅਲ ਬਣਾ ਦਿੱਤਾ ਹੈ। ਹੁਣ ਜਦੋਂ ਕੋਈ ਚੀਜ਼ ਵਰਚੁਅਲ ਹੁੰਦੀ ਹੈ ਤਾਂ ਸੱਚਾਈ ਤੋਂ ਦੂਰ ਵੀ ਹੋ ਜਾਂਦੀ ਹੈ। ਗੁਰਦਾਸਪੁਰ ਲੋਕ ਸਭਾ ਜ਼ਿਮਨੀ ਚੋਣ ਦੇ ਵਿੱਚ ਵੀ ਪ੍ਰਚਾਰ ਤੋਂ ਜ਼ਿਆਦਾ ਪ੍ਰੋਪੇਗੈਂਡਾ ਦਿਖ ਰਿਹਾ। ਮੁੱਦੇ ਗਾਇਬ ਨੇ, ਸਮੱਸਿਆਵਾਂ ਅਤੇ ਸਵਾਲ ਗਾਇਬ ਨੇ, ਬਸ ਇੱਕ ਦੂਜੇ ਨੂੰ ਕਰੈਕਟਰ ਸਰਟੀਫਿਕੇਟ ਵੰਡੇ ਜਾ ਰਹੇ ਨੇ, ਉੱਥੋਂ ਤੱਕ ਹੀ ਸੀਮਤ ਹੋ ਗਈ ਹੈ ਚੋਣ। ਲੰਗਾਹ ਅਤੇ ਸਲਾਰੀਆ ਦੇ ਮਾਮਲੇ ਇਸੇ ਕੜੀ ਦਾ ਹਿੱਸਾ ਨੇ। ਪਬਲਿਕ ਸੈਂਟੀਮੈਂਟ ਨੂੰ ਪ੍ਰਭਾਵਿਤ ਕਰਨ ਦੇ ਲਈ ਹੁਣ ਲੋਕ ਭਲਾਈ ਦੇ ਕਾਰਜ ਮੁੱਦੇ ਜਾਂ ਸਮੱਸਿਆਵਾਂ ਦੀ ਗੱਲ ਨਹੀਂ, ਨਿੱਜੀ ਇਲਜ਼ਾਮਾਂ ਦੀ ਭਰਮਾਰ ਹੈ। ਆਬਾਦੀ ਦੀ ਬਣਤਰ ਨੂੰ ਦੇਖ ਕੇ ਸਾਰੀਆਂ ਪਾਰਟੀਆਂ ਨੇ ਹਿੰਦੂ ਚਿਹਰੇ ਹੀ ਦਿੱਤੇ ਨੇ। 1952 ਤੋਂ ਲੈ ਕੇ 2014 ਤੱਕ 16 ਲੋਕ ਸਭਾ ਚੋਣਾਂ ਹੋਈਆਂ ਨੇ। ਇੱਥੇ ਇਹਨਾਂ 16 ਦੇ ਵਿੱਚ 11 ਵਾਰੀ ਕਾਂਗਰਸ, 1 ਵਾਰੀ ਜਨਤਾ ਪਾਰਟੀ ਅਤੇ 4 ਵਾਰ ਭਾਰਤੀ ਜਨਤਾ ਪਾਰਟੀ ਜੇਤੂ ਰਹੀ ਹੈ। ਸਭ ਤੋਂ ਜ਼ਿਆਦਾ ਰਿਕਾਰਡ ਸੁਖਬੰਸ ਕੌਰ ਭਿੰਡਰ ਦੇ ਨਾਲ, ਪਰ ਇਸ ਵਾਰ ਦੀ ਚੋਣ ਹੈ ਜਿਹੜੀ ਉਹਦੇ 'ਚੋਂ ਮੁੱਦੇ ਗਾਇਬ ਨੇ, ਪ੍ਰੋਪੇਗੰਡਾ ਜ਼ਿਆਦਾ। ਇਹਨਾਂ ਹੀ ਸਵਾਲਾਂ 'ਤੇ ਅੱਜ ਮੁੱਦੇ ਕੀ ਬਾਤ। ਗੁਰਦਾਸਪੁਰ ਜ਼ਿਮਨੀ ਚੋਣ ਪ੍ਰਚਾਰ ਰੁਕਣ ਨੂੰ ਹੁਣ ਸਿਰਫ 3 ਦਿਨ ਰਹਿ ਗਏ ਨੇ। ਚੋਣ ਅਖਾੜਾ ਇਸ ਵਕਤ ਪੂਰੀ ਤਰ੍ਹਾਂ ਭਖਿਆ ਹੋਇਆ। ਸਿਆਸੀ ਸਟੇਜਾਂ ਤੋਂ ਇੱਕ ਦੂਜੇ ਦੇ ਖਿਲਾਫ ਨਿੱਜੀ ਹਮਲੇ ਹੋਰ ਜ਼ਿਆਦਾ ਤੇਜ਼ ਹੋ ਗਏ ਨੇ, ਪਰ ਇਸ ਦੌਰਾਨ ਜਨਤਾ ਦੇ ਮੁੱਦੇ ਸਾਰੀਆਂ ਹੀ ਪਾਰਟੀਆਂ ਦੇ ਵੱਲੋਂ ਅਣਗੌਲੇ ਨੇ। ਗੁਰਦਾਸਪੁਰ ਦੇ ਸਿਆਸੀ ਦੰਗਲ ਦੇ ਵਿੱਚ ਕਾਂਗਰਸ ਅਤੇ ਭਾਜਪਾ, ਅਕਾਲੀ ਦਲ ਦੇ ਦਿੱਗਜ ਇੱਕ ਦੂਜੇ ਨੂੰ ਸਿਆਸੀ ਮੰਚ ਤੋਂ ਵੰਗਾਰ ਰਹੇ ਨੇ। ਗੁਰਦਾਸਪੁਰ ਤੋਂ ਕਾਂਗਰਸ ਦੇ ਉਮੀਦਵਾਰ ਸੁਨੀਲ ਜਾਖੜ ਲਈ ਪ੍ਰਚਾਰ ਕਰਨ ਲਈ ਪਹੁੰਚੇ ਨਵਜੋਤ ਸਿੰਘ ਸਿੱਧੂ ਨੇ ਇੱਕ ਤੋਂ ਬਾਅਦ ਇੱਕ ਅਕਾਲੀ ਭਾਜਪਾ ਤੇ ਨਿਸ਼ਾਨੇ ਸਾਧੇ। ਨਵਜੋਤ ਸਿੰਘ ਸਿੱਧੂ ਨੇ ਜਾਖੜ ਦੇ ਕੱਦ ਸਾਹਮਣੇ ਭਾਜਪਾ ਦੇ ਉਮੀਦਵਾਰ ਸਵਰਨ ਸਲਾਰੀਆ ਤੇ ਤੰਜ ਕੱਸਿਆ। ਉਧਰ ਬਟਾਲਾ ਵਿੱਚ ਅਕਾਲੀ ਦਲ ਦੀ ਸਟੇਜ ਤੋਂ ਸੁਖਬੀਰ ਬਾਦਲ ਨੇ ਇੱਕ ਵਾਰ ਮੁੜ ਤੋਂ ਸੁਨੀਲ ਜਾਖੜ ਤੇ ਬਾਹਰੀ ਉਮੀਦਵਾਰ ਹੋਣ ਦਾ ਇਲਜ਼ਾਮ ਜੜਿਆ। ਤੁਸੀਂ ਇੱਕੋ ਗੱਲ ਦੇਖ ਲਓ ਵੀ ਇਹਨਾਂ ਦੀ ਸਟੇਜ ਤੇ ਕੌਣ ਖੜਾ ਤੇ ਸਾਡੀ ਸਟੇਜ ਤੇ ਕੌਣ ਖੜਾ, ਤੇ ਤੂੰ ਦੱਸ ਓਏ ਮਿੱਤਰ ਪਿਆਰੇ ਸੁਖਬੀਰ, ਤੇਰਾ ਸਰਵਾਲਾ ਕਿੱਥੇ ਹੈ ਤੇ ਤੇਰਾ ਲਾੜਾ ਕਿੱਥੇ ਹੈ? ਉਹ ਕਿੱਥੇ ਹੈ? ਬਰਾਤ ਉਤਰੂ ਤੁਤਰੂ ਕਰੀ ਜਾਂਦੀ ਹੈ, ਬਹੂ ਪਿੱਪਲ ਥੱਲੇ ਸੁੱਤੀ ਪਈ ਆ, ਲਗਾ ਦਾ ਕੀ ਬਣੂ? ਦੋਹੇ ਇੱਕ ਦੂਜੇ ਦੀ ਵੀਡੀਓ ਦੇਖੀ ਜਾਂਦੇ ਆ, ਜੇਲ ਚ ਭੇਜ ਕੇ ਸਲਾਰੀ ਦੀਆਂ ਫੋਟੋਆਂ, ਤੇ ਲੰਗਾ ਕਹਿੰਦਾ ਸਲਾਰੀਆ ਤੇਰੀ ਸੋਚ ਤੇ ਪਹਿਰਾ ਦੇਵਾਂਗੇ ਠੋਕ ਕੇ। ਜਾਟ ਕੱਲਾ ਕੱਲਾ ਹੀ ਆ, ਹੋਰ ਕੋਈ ਹੈ ਹੀ ਨੀ ਇੱਥੇ ਜਾਖੜ, ਨਾਲੇ ਜਾਖੜ ਇੱਕ ਗੱਲ ਦੱਸੋ, ਤੁਹਾਡਾ ਤੂੰ ਪਿੰਡ ਦਾ ਸਰਪੰਚ ਬਣਾਉਣਾ ਹੋਏ ਕੋਈ ਹਰਿਆਣੇ ਤੋਂ ਲਿਆ ਕੇ ਬਣਾਉਣਾ ਸਰਪੰਚ? ਆਪਣਾ ਸਰਪੰਚ ਤਾਂ ਪਿੰਡ ਦਾ ਹੀ ਹੋਊਗਾ। ਨਵਜੋਤ ਸਿੰਘ ਸਿੱਧੂ ਤੋਂ ਬਾਅਦ ਗੁਰਦਾਸਪੁਰ ਤੋਂ ਕਾਂਗਰਸ ਦੇ ਉਮੀਦਵਾਰ ਸੁਨੀਲ ਜਾਖੜ ਨੇ ਵੀ ਸਵਰਨ ਸਲਾਰੀਆ ਨੂੰ ਭਾਜਪਾ ਵੱਲੋਂ ਉਮੀਦਵਾਰ ਬਣਾਏ ਜਾਣ ਤੇ ਸਵਾਲ ਚੁੱਕੇ। ਜਾਖੜ ਨੇ ਕਿਹਾ ਕਿ ਭਾਜਪਾ ਨੂੰ ਉਮੀਦਵਾਰ ਉਤਾਰਨ ਤੋਂ ਪਹਿਲਾਂ ਸਵਰਨ ਸਲਾਰੀਆ ਦੇ ਪਿਛੋਕੜ ਦੀ ਜਾਂਚ ਕਰ ਲੈਣੀ ਚਾਹੀਦੀ ਸੀ। ਉਧਰ ਸਲਾਰੀਆ ਨੇ ਜਾਖੜ ਤੇ ਪਲਟਵਾਰ ਕੀਤਾ ਵੀ ਕਿਸੇ ਵੀ ਗਲਤ ਬੰਦੇ ਨੂੰ ਅਸੀਂ ਆਪਣਾ ਨੇਤਾ ਚੁਣ ਕੇ ਨਹੀਂ ਭੇਜਦੇ। ਸਭ ਤੋਂ ਗੰਦਗੀ ਉਦੋਂ ਖਤਮ ਹੋਊਗੀ ਜਦੋਂ ਤੁਸੀਂ ਲੋਕ ਖਤਮ ਕਰੋਗੇ। ਅਦਾਲਤਾਂ ਖਤਮ ਨਹੀਂ ਕਰ ਸਕਦੀਆਂ। ਸਾਥੀਓ, ਸੁਖਬੀਰ ਜੀ ਦਾ ਦੋਸਤ ਬਿਲਕੁਲ ਹੈਗੇ ਸਲਾਰੀਆ ਜੀ, ਕਿਉਂਕਿ ਸੁਖਬੀਰ ਹੋਰਾਂ ਦਾ ਦੋਸਤ ਹੋਣ ਵਾਸਤੇ ਘੱਟੋ ਘੱਟ 1,000 ਕਰੋੜ ਰੁਪਇਆ ਚਾਹੀਦਾ। ਸਾਹਿਬ, ਗਰੀਬ ਆਦਮੀ ਚੋਂ ਬੂ ਆਉਂਦੀ ਹੈ ਉਹਨਾਂ ਨੂੰ, ਉਹਨਾਂ ਦਾ ਦੋਸਤ ਹੋਣ ਵਾਸਤੇ ਇਸ ਕਿਸਮ ਦੇ ਕਾਰਨਾਮੇ ਵਾਲੇ ਬੰਦੇ ਚਾਹੀਦੇ ਆ ਉਹਨਾਂ ਨੂੰ। ਮੈਂ ਜਾਖੜ ਸਾਹਿਬ ਨੂੰ ਕਹਿੰਦਾ ਆਪਣੀ ਤਰਫ ਜਰਾ ਜਾ ਕੇ ਦੇਖ, ਮੈਂ ਇਹ ਨਹੀਂ ਪੁੱਛਾਂਗਾ। ਜਾਖੜ ਸਾਹਿਬ, ਤੁਹਾਡੇ ਭਰਾ ਨੇ ਸੁਰਿੰਦਰ ਨੇ ਕਿਉਂ ਸੁਸਾਈਡ ਕੀਤਾ, ਔਰ ਕੁਲਵੰਤ ਕੌਰ ਕੌਣ ਹੈ, ਤੁਹਾਡੀ ਆਪਣੀ ਲਾਈਫ ਕੀ ਹੈ, ਕਿਹੜੇ ਕਿਹੜੇ ਕੰਟਰੀ 'ਚ ਤੁਸੀਂ ਕੀ ਕਰਦੇ ਹੋ? ਗੁਰਦਾਸਪੁਰ ਦੀ ਚੋਣ ਵਿੱਚ ਸਿਆਸੀ ਆਗੂ ਜਿਸ ਤਰ੍ਹਾਂ ਦੇ ਨਾਲ ਇੱਕ ਦੂਜੇ ਦੇ ਖਿਲਾਫ ਬਿਆਨਬਾਜ਼ੀਆਂ ਕਰ ਰਹੇ ਨੇ, ਉਸ ਵਿੱਚ ਜਨਤਾ ਦੇ ਮੁੱਦੇ ਕਿਧਰੇ ਨਾ ਕਿਧਰੇ ਚੋਣ ਪ੍ਰਚਾਰ ਵਿੱਚ ਗਵਾਚਦੇ ਹੋਏ ਨਜ਼ਰ ਆ ਰਹੇ ਨੇ। ਅਜੇ ਮਹਾਜਨ, ਜ਼ੀ ਮੀਡੀਆ, ਗੁਰਦਾਸਪੁਰ। ਤੇ ਇਸੇ ਨੂੰ ਲੈ ਕੇ ਕੁਝ ਸਵਾਲ ਜੋ ਅੱਜ ਅਹਿਮ ਨੇ ਇਸੇ ਚੋਣ ਨੂੰ ਦੇਖਦੇ ਹੋਏ, ਇਸੇ ਮੁੱਦੇ ਨੂੰ ਦੇਖਦੇ ਹੋਏ, ਉਹਨਾਂ 'ਤੇ ਇੱਕ ਵਾਰ ਨਜ਼ਰ ਮਾਰ ਲਈਏ। ਪਹਿਲਾ ਸਵਾਲ, ਗੁਰਦਾਸਪੁਰ ਜ਼ਿਮਨੀ ਚੋਣ ਦੇ ਵਿੱਚ ਮੁੱਦਿਆਂ ਦੀ ਥਾਂ 'ਤੇ ਵੀਡੀਓਜ਼, MMS, ਸਰੀਰਕ ਸ਼ੋਸ਼ਣ ਅਤੇ ਨਿੱਜੀ ਹਮਲਿਆਂ ਦੀ ਗੂੰਜ ਹੀ ਕਿਉਂ ਜ਼ਿਆਦਾ ਸੁਣਾਈ ਦੇ ਰਹੀ ਹੈ? ਦੂਜਾ ਸਵਾਲ, ਕੀ ਗੁਰਦਾਸਪੁਰ ਜ਼ਿਮਨੀ ਚੋਣ ਦੇ ਵਿੱਚ ਸਿਆਸੀ ਦਲਾਂ ਨੇ ਬੁਨਿਆਦੀ ਮੁੱਦਿਆਂ ਨੂੰ ਰਣਨੀਤੀ ਦੇ ਤਹਿਤ ਭੁਲਾ ਦਿੱਤਾ ਹੈ? ਕੀ ਗੁਰਦਾਸਪੁਰ ਜ਼ਿਮਨੀ ਚੋਣ ਦੇ ਵਿੱਚ ਮੁੱਦਿਆਂ ਦੀ ਥਾਂ ਨਿੱਜੀ ਇਲਜ਼ਾਮਾਂ ਦਾ ਚੋਣ ਪ੍ਰਚਾਰ ਜੋ ਹੋ ਰਿਹਾ ਹੈ ਉਹ ਵਾਜਿਬ ਹੈ?
ਤੇ ਗੁਰਦਾਸਪੁਰ ਜ਼ਿਮਨੀ ਚੋਣ ਕੈਪਟਨ ਸਰਕਾਰ ਤੇ ਮੋਦੀ ਸਰਕਾਰ ਦੇ ਲਈ ਕਿੰਨੀ ਵੱਡੀ ਚੁਣੌਤੀ ਹੈ, ਕਿੰਨੀ ਵੱਡੀ ਅਗਨੀ ਪ੍ਰੀਖਿਆ ਦੋਵਾਂ ਦੇ ਲਈ? ਦਰਸ਼ਕਾਂ ਤੋਂ ਸਵਾਲ ਜੋ ਅਸੀਂ ਅੱਜ ਪੁੱਛ ਰਹੇ ਹਾਂ ਕਿ ਗੁਰਦਾਸਪੁਰ ਜ਼ਿਮਨੀ ਚੋਣ ਦੇ ਵਿੱਚ ਸਿਆਸੀ ਦਲਾਂ ਨੇ ਬੁਨਿਆਦੀ ਮੁੱਦਿਆਂ ਨੂੰ ਭੁਲਾ ਦਿੱਤਾ ਹੈ, ਹਾਂ ਜਾਂ ਨਾ ਦੇ ਵਿੱਚ ਤੁਸੀਂ ਆਪਣੇ ਜਵਾਬ 575575 'ਤੇ SMS ਕਰ ਸਕਦੇ ਹੋ। ਹਾਂ ਦੇ ਲਈ ZPHS ਸਪੇਸ Y, ਨਾ ਦੇ ਲਈ ZPHS ਸਪੇਸ N। ਬ੍ਰੇਕ ਤੋਂ ਬਾਅਦ ਤੁਸੀਂ ਇਸ ਚੋਣ ਨੂੰ ਲੈ ਕੇ ਕੀ ਵਿਚਾਰ ਨੇ, ਤੁਹਾਡੇ ਕੀ ਰਾਏ ਹੈ ਉਹ ਰੱਖ ਸਕਦੇ ਹੋ। ਨੰਬਰ ਰਹੇਗਾ 1800-1800-3535-35। ਸਵਾਲ ਦਰਸ਼ਕਾਂ ਨੂੰ ਇੱਕ ਵਾਰ ਫਿਰ ਦੁਹਰਾ ਦਈਏ ਕਿ ਗੁਰਦਾਸਪੁਰ ਜ਼ਿਮਨੀ ਚੋਣ ਦੇ ਵਿੱਚ ਸਿਆਸੀ ਦਲਾਂ ਨੇ ਬੁਨਿਆਦੀ ਮੁੱਦਿਆਂ ਨੂੰ ਭੁਲਾ ਦਿੱਤਾ ਹੈ, 575575 'ਤੇ SMS ਕਰ ਸਕਦੇ ਹੋ। ਹਾਂ ਦੇ ਲਈ ZPHS ਸਪੇਸ Y, ਨਾ ਦੇ ਲਈ ZPHS ਸਪੇਸ N। ਤਾਂ ਕਈ ਖਾਸ ਮਹਿਮਾਨ ਇਸੇ ਚੋਣ ਨੂੰ ਲੈ ਕੇ ਵਿਚਾਰ ਚਰਚਾ ਕਰਨ ਦੇ ਲਈ, ਕਿੱਧਰ ਵੋਟਰ ਦਾ ਮੂਡ ਰਹੇਗਾ, ਵੋਟਰ ਕੀ ਸੋਚ ਰਿਹਾ ਗੁਰਦਾਸਪੁਰ ਜ਼ਿਮਨੀ ਚੋਣ ਨੂੰ ਲੈ ਕੇ, ਔਰ ਜਿਹੜਾ ਇਹ ਪ੍ਰੋਪੇਗੰਡਾ, ਜਿਹੜੀ ਦੂਸ਼ਣਬਾਜ਼ੀ, ਦੁਸ਼ਪ੍ਰਚਾਰ ਇੱਕ ਦੂਜੇ ਦੇ ਖਿਲਾਫ ਹੋ ਰਿਹਾ ਹੈ, ਉਹਦਾ ਕੀ ਅਸਰ ਪਏਗਾ, ਪਬਲਿਕ ਸੈਂਟੀਮੈਂਟ ਉਸ ਤੋਂ ਕਿੰਨਾ ਪ੍ਰਭਾਵਿਤ ਹੋ ਰਿਹਾ, ਇਹ ਸਾਰੀਆਂ ਚੀਜ਼ਾਂ 'ਤੇ ਵਿਚਾਰ ਚਰਚਾ ਕਰਨ ਦੇ ਲਈ ਕਈ ਖਾਸ ਮਹਿਮਾਨ ਸਾਡੇ ਨਾਲ ਬਣੇ ਰਹਿਣਗੇ। ਜੋਗਿੰਦਰ ਪਾਲ ਕਾਂਗਰਸ ਤੋਂ ਭੋਆ ਤੋਂ ਵਿਧਾਇਕ ਨੇ, ਉਹ ਥੋੜ੍ਹੀ ਦੇਰ ਤੱਕ ਸਾਡੇ ਨਾਲ ਜੁੜਨਗੇ। ਇਸ ਤੋਂ ਇਲਾਵਾ ਹਿੰਮਤ ਸਿੰਘ ਸ਼ੇਰਗਿੱਲ ਨੇ ਆਮ ਆਦਮੀ ਪਾਰਟੀ ਤੋਂ ਮਜੀਠਾ ਤੋਂ ਵਿਧਾਨ ਸਭਾ ਚੋਣ ਲੜ ਚੁੱਕੇ ਨੇ। ਖਾਲਿਦ ਮੁਹੰਮਦ ਸਿਆਸੀ ਵਿਚਾਰਕ ਨੇ, ਰਜਿੰਦਰ ਭੰਡਾਰੀ ਸਾਬਕਾ ਪ੍ਰਧਾਨ ਨੇ ਪੰਜਾਬ ਭਾਜਪਾ ਦੇ। ਅਤੇ ਮੁੱਦੇ ਦੀ ਬਾਤ ਦੀ ਸ਼ੁਰੂਆਤ ਕਰਾਂਗੇ ਅਸੀਂ ਵਿੱਤ ਮੰਤਰੀ, ਕੇਂਦਰੀ ਵਿੱਤ ਮੰਤਰੀ ਅਰੁਣ ਜੇਟਲੀ, GST ਨੂੰ ਲੈ ਕੇ ਕੀ ਸੁਧਾਰ ਹੁਣ ਸਰਕਾਰ ਕਰਨ ਜਾ ਰਹੀ ਹੈ, ਕੀ ਕਦਮ ਚੁੱਕਣ ਜਾ ਰਹੀ ਹੈ, ਉਹਨਾਂ ਦੇ ਬਾਰੇ ਜਾਣਕਾਰੀ ਦੇ ਰਹੇ ਸੀ। ਮੁੱਦੇ ਦੀ ਬਾਤ ਦੀ ਸ਼ੁਰੂਆਤ ਕਰਾਂਗੇ, ਇੱਕ ਵਾਰ ਤੁਹਾਨੂੰ ਆਪਣੇ ਗੈਸਟ ਨੇ ਜਿਹੜੇ ਉਹਨਾਂ ਦੇ ਨਾਲ ਤਾਰਫ ਕਰਵਾ ਦਈਏ। ਜੋਗਿੰਦਰ ਪਾਲ ਕਾਂਗਰਸ ਤੋਂ ਬਣੇ ਰਹਿਣਗੇ, ਭੋਆ ਤੋਂ ਵਿਧਾਇਕ ਨੇ ਕਾਂਗਰਸ ਦੇ। ਹਿੰਮਤ ਸਿੰਘ ਸ਼ੇਰਗਿੱਲ ਆਮ ਆਦਮੀ ਪਾਰਟੀ ਤੋਂ ਮਜੀਠਾ ਤੋਂ ਵਿਧਾਨ ਸਭਾ ਚੋਣ ਲੜ ਚੁੱਕੇ ਨੇ। ਖਾਲਿਦ ਮੁਹੰਮਦ ਸਿਆਸੀ ਵਿਚਾਰਕ ਨੇ ਤੇ ਰਜਿੰਦਰ ਭੰਡਾਰੀ ਸਾਬਕਾ ਪ੍ਰਧਾਨ ਨੇ ਪੰਜਾਬ ਭਾਜਪਾ ਦੇ। ਤੁਹਾਡਾ ਸਭ ਦਾ ਬਹੁਤ ਬਹੁਤ ਸਵਾਗਤ ਹੈ ਜੀ। ਸਭ ਤੋਂ ਪਹਿਲਾਂ ਖਾਲਿਦ ਮੁਹੰਮਦ, ਮੈਂ ਤੁਹਾਡੇ ਕੋਲ ਹੀ ਆਵਾਂ। ਸਿਰਫ 18 ਮਹੀਨੇ ਦੇ ਲਈ ਸੰਸਦ ਮੈਂਬਰ ਚੁਣਿਆ ਜਾਣਾ ਗੁਰਦਾਸਪੁਰ ਦਾ, ਔਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਮੁੱਦੇ ਵੀ ਗਾਇਬ ਨੇ, ਸਮੱਸਿਆਵਾਂ ਵੀ ਗਾਇਬ ਨੇ, ਸਵਾਲ ਵੀ ਗਾਇਬ ਨੇ ਸਿਆਸਤਦਾਨਾਂ ਨੂੰ, ਔਰ ਨਿੱਜੀ ਇਲਜ਼ਾਮਾਂ ਤੱਕ ਇਹ ਦਿਖਾਈ ਦੇ ਰਹੀ ਹੈ ਚੋਣ। ਜਦੋਂ ਵੀ ਆਪਾਂ ਦੇਖਦੇ ਹਾਂ ਕਿਸੇ ਦਾ ਵੀਡੀਓ ਆ ਰਿਹਾ, ਕਿਸੇ ਦੇ ਫੋਟੋਗ੍ਰਾਫਸ ਰਿਲੀਜ਼ ਕੀਤੇ ਜਾ ਰਹੇ ਆ, ਅਜਿਹੇ 'ਚ ਠੀਕ ਹੈ ਸਭ ਕੁਛ ਹੋ ਰਿਹਾ, ਪਰ ਜਨਤਾ ਨੂੰ ਕੀ ਮਿਲੂਗਾ, ਜਨਤਾ ਨੂੰ ਕੋਈ ਡਿਲੀਵਰ ਕਰ ਪਾਊਗਾ? ਇਸ ਤਰ੍ਹਾਂ ਹੈ ਕਿ ਜਿਸ ਵੇਲੇ ਇਹ ਚੋਣ, ਜ਼ਿਮਨੀ ਚੋਣ ਸ਼ੁਰੂਆਤ ਹੋਈ ਹੈ, ਇਹ ਨਹੀਂ ਪਤਾ ਸੀਗਾ ਕਿ ਕੌਣ ਇਲੈਕਸ਼ਨ ਲੜੇਗਾ ਕਿੱਧਰੋਂ, ਲੇਕਿਨ ਜਿਸ ਤਰ੍ਹਾਂ ਦੀ ਪ੍ਰੈਪਰੇਸ਼ਨ ਨਾਲ ਦੋਨੇ ਪਾਰਟੀ, ਦੋਨੇ ਜਿਹੜੇ ਗੁੱਟ ਹੈ, ਖਾਸ ਤੌਰ 'ਤੇ BJP, ਅਕਾਲੀ ਦਲ ਔਰ ਕਾਂਗਰਸ, ਉਹਨਾਂ ਵਾਸਤੇ ਇੱਕ ਤਰ੍ਹਾਂ ਦਾ ਪ੍ਰਤਿਸ਼ਠਾ ਦਾ ਸਵਾਲ ਇਹ ਹੈਗਾ ਕਿ BJP ਅਕਾਲੀ ਦਲ ਕੋਲ ਇਹ ਸੀਟ ਪਿਛਲੇ 4 ਵਾਰ ਤੋਂ ਜਿੱਤੀ ਹੋਈ ਹੈ, ਔਰ ਕਾਂਗਰਸ ਦਾ ਪ੍ਰੈਜ਼ੀਡੈਂਟ, ਸਟੇਟ ਪ੍ਰੈਜ਼ੀਡੈਂਟ ਇਲੈਕਸ਼ਨ ਲੜ ਰਿਹਾ। ਜਿੱਥੇ ਤੱਕ ਲੋਕ ਸਭਾ ਦਾ ਸਵਾਲ ਹੈ, ਲੋਕ ਸਭਾ ਦੇ ਵਿੱਚ ਇੱਕ ਸੀਟ ਮਿਲ ਜਾਂਦੀ ਹੈ BJP ਨੂੰ ਤਾਂ ਉਹਨੂੰ ਕੋਈ ਜ਼ਿਆਦਾ ਫਰਕ ਨਹੀਂ ਪੈਂਦਾ, ਨਹੀਂ ਮਿਲਦੀ ਤਾਂ ਵੀ ਜ਼ਿਆਦਾ ਫਰਕ ਨਹੀਂ ਪੈਂਦਾ, ਲੇਕਿਨ ਇੰਨਾ ਜ਼ਰੂਰ ਹੈਗਾ ਕਿ ਇਹ ਜਿਹੜੀ ਲੜਾਈ ਹੈ, ਅਸੀਂ ਸੋਚ ਰਹੇ ਸੀਗੇ ਕਿ ਲੜਾਈ ਹੋਏਗੀ ਮੁੱਦਿਆਂ ਦੇ ਉੱਪਰ, ਕਿਉਂਕਿ ਜਿਹੜੀ ਅਕਾਲੀ ਦਲ BJP ਹੈ, ਸਟੇਟ ਗੌਰਮੈਂਟ ਦੇ ਨਾਕਾਮੀ ਜਿਹੜੇ ਉਹ ਕਹਿੰਦੇ ਆ ਉਹਨੂੰ ਹਿੱਟ ਕਰਨਗੇ, ਔਰ ਜਿਹੜੀ ਕਾਂਗਰਸ ਹੈ ਉਹ ਸੈਂਟਰ ਗੌਰਮੈਂਟ ਦੀਆਂ ਪੋਲਿਸੀਜ਼ ਨੂੰ ਹਿੱਟ ਕਰੇਗੀ। ਆਮ ਆਦਮੀ ਪਾਰਟੀ ਨੇ ਪਿਛਲੇ ਇਲੈਕਸ਼ਨ ਦੇ ਵਿੱਚ ਤਕਰੀਬਨ 16% ਵੋਟ ਇੱਥੋਂ ਲੈਤੀ ਸੀਗੀ, ਅਤੇ ਇਸ ਵੇਲੇ ਉਹ ਕਿੰਨੇ ਕੁ ਲੋਕਾਂ ਨੂੰ ਨਾਲ ਜੋੜ ਪਾਉਂਦੀ ਹੈ ਉਹ ਦੇਖਣ ਵਾਲੀ ਗੱਲ ਹੈ, ਲੇਕਿਨ ਇਹਦੇ ਵਿੱਚ ਮੁੱਦੇ ਜਿਹੜੇ ਹੈਗੇ ਆ, ਤੁਹਾਡੀ ਗੱਲ ਬਿਲਕੁਲ ਸਹੀ ਹੈ, ਗਾਇਬ ਹੋ ਗਏ ਆ, ਪਰਸਨਲਾਈਜ਼ਡ ਹੋ ਗਿਆ ਇਲੈਕਸ਼ਨ। ਇਲੈਕਸ਼ਨਾਂ ਦੇ ਵਿੱਚ ਪਰਸਨਲਾਈਜ਼ ਹੁੰਦਾ ਹੁੰਦਾ ਹੈ, ਲੇਕਿਨ ਇੰਨਾ ਜ਼ਿਆਦਾ ਪਰਸਨਲਾਈਜ਼, ਇੰਨਾ ਜ਼ਿਆਦਾ ਗੰਧਲਾ ਇਲੈਕਸ਼ਨ ਜਿਹੜਾ ਹੋਇਆ, ਇੰਨੇ ਜ਼ਿਆਦਾ ਹੁਣ ਜਿਸ ਤਰੀਕੇ ਦੇ ਨੇ ਟਵੀਟਸ ਆ ਰਹੇ ਆ, ਜਿਸ ਤਰ੍ਹਾਂ ਦੀਆਂ ਫੋਟੋਆਂ ਵਟਸਐਪ 'ਤੇ ਜਾਂ ਨੈੱਟ ਦੇ ਉੱਪਰ ਪੈ ਰਹੀਆਂ, ਉਹ ਤਾਂ ਇੱਦਾਂ ਲੱਗਦਾ ਕਿ ਇਹ ਇਲੈਕਸ਼ਨ ਜਿਹੜਾ ਹੈਗਾ ਇਹਦੇ ਵਿੱਚ ਜਿਹੜੇ ਆਮ ਆਦਮੀ ਹੈ, ਆਮ ਆਦਮੀ ਦੇ ਜਿਹੜੇ ਮੁੱਦੇ ਹੈ, ਜਿਹੜੇ ਗੁਰਦਾਸਪੁਰ ਕੰਸਟੀਚੁਐਂਸੀ ਦੀਆਂ ਪ੍ਰੋਬਲਮਸ ਹੈ, ਉਹ ਸਾਰੀਆਂ ਬਿਲਕੁਲ ਗਾਇਬ ਹੈ,
ਔਰ ਉਹ ਚੀਜ਼ਾਂ ਡਿਸਕਸ ਹੋ ਰਹੀਆਂ ਜਿਹੜੀਆਂ ਕਿ ਕਈ ਵਾਰ ਆਪਾਂ ਕਹਿੰਦੇ ਆ ਵੀ ਬਿਲਕੁਲ ਇਰਰੈਲੇਵੈਂਟ ਹੈ ਜਾਂ ਇਰਰੈਲੇਵੈਂਟ ਨਹੀਂ, ਜਿਹੜਾ ਕਾਨੂੰਨ ਦਾ ਕੰਮ ਹੈ ਕਾਨੂੰਨ ਆਪਣਾ ਕੰਮ ਕਰੇਗਾ, ਕਿਹਦੇ ਨਾਲ ਪੇਸ਼ ਕੀਤਾ ਜਾ ਰਿਹਾ ਹੈ। ਠੀਕ ਹੈ, ਪਰ ਇਸ ਮਾਮਲੇ ਦੇ ਵਿੱਚ ਜੇ ਇਸੇ ਕਰਕੇ ਮੈਂ ਕਹਿ ਰਿਹਾ ਕਿ ਇਹ ਚੀਜ਼ ਜਿਹੜੀ ਹੈਗੀ ਹੈ ਇਹ ਨਹੀਂ ਹੋਣੀ ਚਾਹੀਦੀ। ਅੱਛਾ, ਜੇ ਦੇਖਿਆ ਜਾਵੇ ਇਹਦੇ ਨਾਲ ਪਬਲਿਕ ਸੈਂਟੀਮੈਂਟ ਕੋਈ ਪ੍ਰਭਾਵਿਤ ਹੋਊਗਾ ਥੋੜਾ ਬਹੁਤ? ਦੇਖੋ ਥੋੜ੍ਹਾ ਬਹੁਤ ਹੁੰਦਾ ਕਿ ਇਸ ਵੇਲੇ ਸਿਚੁਏਸ਼ਨ ਹੈਗੀ ਹੈ ਕਿ ਇੱਕ ਤਾਂ ਜ਼ਿਮਨੀ ਚੋਣ ਹੈ, ਜ਼ਿਮਨੀ ਚੋਣ ਦੇ ਵਿੱਚ ਹੁਣੇ ਇਲੈਕਸ਼ਨ ਹੋ ਕੇ ਹਟਿਆ 6 ਮਹੀਨੇ ਪਹਿਲਾਂ, ਜ਼ਿਮਨੀ ਚੋਣ ਦੇ ਵਿੱਚ ਇੰਨਾ ਜ਼ਿਆਦਾ ਜਿਹੜਾ ਵੋਟਰ ਹੈ ਉਹ ਇੰਨਾ ਉਤਸੁਕ ਨਹੀਂ ਹੁੰਦਾ ਜਿੰਨਾ ਕਿ ਆਮ ਚੋਣਾਂ ਦੇ, ਜਿਵੇਂ ਅਸੈਂਬਲੀ ਦਾ ਇਲੈਕਸ਼ਨ ਹੋ ਕੇ ਹਟਿਆ ਜਾਂ ਹੋਰ ਹੈ। ਦੂਸਰੀ ਚੀਜ਼ ਇਹ ਹੈਗੀ ਹੈ ਕਿ ਇਸ ਚੋਣ ਦੇ ਵਿੱਚ ਜਿਹੜਾ ਆਮ ਆਦਮੀ ਜਿਸ ਤਰੀਕੇ ਦੀਆਂ ਚੀਜ਼ਾਂ ਸਾਹਮਣੇ ਆ ਰਹੀਆਂ, ਪਹਿਲਾਂ ਸੁੱਚਾ ਸਿੰਘ ਲੰਗਾਹ ਦਾ ਕੇਸ ਹੋ ਕੇ ਹਟਿਆ ਤੇ ਉਸ ਤੋਂ ਬਾਅਦ ਇਹ ਹੁਣ ਸਲਾਰੀਆ ਸਾਹਿਬ ਦੇ ਉੱਪਰ ਜੋ ਸਲਾਰੀਆ ਸਾਹਿਬ ਦਾ ਆ ਗਿਆ ਸੁੱਚਾ ਸਿੰਘ ਲੰਗਾਹ ਦਾ, ਉਹ ਤਾਂ ਇਦਾਂ ਹੈਗਾ ਵੀ ਥੋੜਾ ਬਹੁਤ ਅਸਰ ਹੋ ਸਕਦਾ, ਲੇਕਿਨ ਆਮ ਤੌਰ ਪਰ ਲੋਕ ਜਿਹੜੇ ਹੈਗੇ ਆ ਉਹਨਾਂ ਨੇ ਮਨ ਬਣਾਇਆ ਹੁੰਦਾ ਕਿੱਥੇ ਅਸੀਂ ਵੋਟ ਪਾਉਣੀ ਹੈ। ਜਿਹੜਾ ਕੁਛ ਸਵਿੰਗ ਫੈਕਟਰ ਹੁੰਦਾ ਹਰ ਇਲੈਕਸ਼ਨ ਦੇ ਵਿੱਚ, ਉਹ ਸਵਿੰਗ ਫੈਕਟਰ ਇਹਨਾਂ ਚੀਜ਼ਾਂ ਤੋਂ ਪ੍ਰਭਾਵਿਤ ਹੋ ਕੇ ਵੋਟ ਇੱਧਰ ਜਾਂ ਉੱਧਰ ਪਾਉਂਦਾ, ਇਹ ਇਲੈਕਸ਼ਨ ਵਾਲੇ ਦਿਨ ਪਤਾ ਲੱਗੇਗਾ। ਠੀਕ ਹੈ, ਅੱਛਾ, ਹਿੰਮਤ ਸਿੰਘ ਸ਼ੇਰਗਿੱਲ ਆਮ ਆਦਮੀ ਪਾਰਟੀ ਤੋਂ। ਹਿੰਮਤ ਸਿੰਘ ਸ਼ੇਰਗਿੱਲ, ਲੋਕ ਸਭਾ ਚੋਣਾਂ ਦੇ ਵੇਲੇ ਜਦੋਂ ਸੁੱਚਾ ਸਿੰਘ ਛੋਟੇ ਪਰ ਤੁਹਾਡੇ ਨਾਲ ਸੀ, ਅੱਛਾ ਪ੍ਰਦਰਸ਼ਨ ਰਿਹਾ ਸੀ ਉਹਨਾਂ ਚੋਣਾਂ ਦੇ ਵਿੱਚ ਪਾਰਟੀ ਦਾ, ਪਰ ਸੁੱਚਾ ਸਿੰਘ ਛੋਟੇਪੁਰ ਦੇ ਜਾਣ ਤੋਂ ਬਾਅਦ ਵਿਧਾਨ ਸਭਾ ਚੋਣਾਂ ਦੇ ਵਿੱਚ ਕਈ ਥਾਵਾਂ 'ਤੇ ਦੇਖਿਆ, ਖਾਸ ਕਰਕੇ ਗੁਰਦਾਸਪੁਰ ਦੇ ਹਲਕਿਆਂ ਦੇ ਵਿੱਚ, ਤੁਹਾਡੀ ਪਰਫਾਰਮੈਂਸ ਬਹੁਤ ਜ਼ਿਆਦਾ ਵਧੀਆ ਨਹੀਂ ਰਹੀ ਹੈ, ਇਸ ਵਾਰ ਕੀ ਮੰਨ ਕੇ ਚੱਲਿਆ ਜਾਵੇ, ਆਮ ਆਦਮੀ ਪਾਰਟੀ ਦੂਜੇ ਨੰਬਰ ਦੀ ਟੱਕਰ 'ਚ ਜਾਂ ਤੀਜੇ ਨੰਬਰ ਦੀ 'ਚ? ਦੇਖੋ ਜੀ, ਉਹ ਤਾਂ 15 ਤਰੀਕ ਨੂੰ ਪਤਾ ਲੱਗੂਗਾ ਕਿ ਲੋਕੀ ਕੀ ਫੈਸਲਾ ਕਰਦੇ ਨੇ। ਨਹੀਂ, ਲੋਕੀ ਫੈਸਲਾ ਕਰਦੇ, ਤੁਸੀਂ ਘੁੰਮ ਰਹੇ ਹੋਵੋਗੇ, ਸਾਡੇ ਕੈਂਡੀਡੇਟ ਨੇ ਉੱਥੋਂ ਮੇਜਰ ਜਨਰਲ, ਮੈਂ ਉਹਦੇ ਤੁਹਾਨੂੰ ਰੀਜ਼ਨਸ ਦੱਸਦਾ ਨਾ। ਦੇਖੋ, ਤਿੰਨਾਂ ਕੈਂਡੀਡੇਟਸ ਦੇ ਵਿੱਚ ਕੰਪੈਰੀਜ਼ਨ ਹੁੰਦਾ ਹੈ, ਪਾਰਟੀ ਦੀ ਪਾਲਿਸੀਜ਼ ਦੇ ਵਿੱਚ ਕੰਪੈਰੀਜ਼ਨ ਹੁੰਦਾ ਹੈ। ਜਿਹੜੇ ਸਾਡੇ ਕੈਂਡੀਡੇਟ ਨੇ, ਮੇਜਰ ਜਨਰਲ ਸੁਰੇਸ਼ ਖਜੂਰੀਆ, ਉਹ ਇੱਕ ਡੈਕੋਰੇਟਿਡ ਆਰਮੀ ਆਫਿਸਰ ਰਹੇ ਨੇ, 37 ਸਾਲ ਦੇਸ਼ ਦੀ ਸੇਵਾ ਕੀਤੀ ਆ, ਉਹਨਾਂ ਨੂੰ ਵਿਸ਼ਿਸ਼ਟ ਸੇਵਾ ਮੈਡਲ ਮਿਲਿਆ, ਅਤੀ ਵਿਸ਼ਿਸ਼ਟ ਸੇਵਾ ਮੈਡਲ ਮਿਲਿਆ। ਉਹ ਬਹੁਤ ਪੜ੍ਹੇ ਲਿਖੇ ਇਨਸਾਨ ਨੇ, ਉਹਨਾਂ ਨੇ ਐਮ ਫਿਲ ਕੀਤੀ ਹੈ ਸਟ੍ਰੈਟੇਜਿਕ ਸਟੱਡੀਜ਼ ਦੇ ਵਿੱਚ, ਉਹਨਾਂ ਨੇ ਐਮ ਬੀ ਏ ਕੀਤੀ ਹੈਗੀ ਆ ਹਿਊਮਨ ਰਿਸੋਰਸ ਮੈਨੇਜਮੈਂਟ ਦੇ ਵਿੱਚ, ਚੰਗੇ ਕੈਂਡੀਡੇਟ ਨੇ। ਅਤੇ ਨਾਲ ਦੀ ਨਾਲ ਲੋਕਾਂ ਨੇ ਦੇਖ ਲਿਆ ਕਿ ਕਾਂਗਰਸ ਪਾਰਟੀ ਨੇ ਜੋ ਵਾਅਦੇ ਕੀਤੇ ਸੀ, ਦੇਖੋ ਜਿਹੜੇ ਵਾਅਦੇ ਕਾਂਗਰਸ ਪਾਰਟੀ ਨੇ ਕੀਤੇ ਸੀ, ਜੇ ਉਹ ਪੂਰੇ ਕਰਦੇ ਤਾਂ ਡੈਫੀਨੇਟਲੀ ਅਸੀਂ ਵੀ ਉਹਨਾਂ ਦਾ ਸਾਥ ਦੇਣਾ ਸੀਗਾ। ਸਾਡਾ ਜਿਹੜਾ ਹੈਗਾ ਫੋਕਸ ਉਹ ਪੰਜਾਬ ਹੈਗਾ ਕਿ ਪੰਜਾਬ ਦਾ ਕੁਛ ਬਣਨਾ ਚਾਹੀਦਾ, ਪਰ ਇੰਨੇ ਵਾਅਦੇ ਕਰਕੇ ਕੋਈ ਵੀ ਵਾਅਦਾ ਪੂਰਾ ਨਹੀਂ ਹੋਇਆ, ਨਾ ਕਿਸਾਨਾਂ ਦੇ ਨਾਲ ਕੀਤੇ ਵਾਅਦੇ, ਨਾ ਨੌਜਵਾਨਾਂ ਨਾਲ ਕੀਤੇ ਵਾਅਦੇ, ਨਾ ਬਹੁਤ ਡਰੱਗਸ ਦੇ ਜਿਹੜੇ ਵਾਅਦੇ ਕੀਤੇ ਸੀਗੇ, ਸਗੋਂ ਹੋਰ ਜਿਹੜੀ ਸਥਿਤੀ ਹੈਗੀ ਆ ਉਹ ਵੱਧ ਤੋਂ ਬਦਤਰ ਹੋ ਗਈ ਆ। ਸੋ ਇਹ ਸਾਰੀਆਂ ਚੀਜ਼ਾਂ ਲੋਕ ਦੇਖ ਰਹੇ ਨੇ। ਦੂਸਰੇ ਪਾਸੇ ਲੋਕਾਂ ਨੇ ਅਕਾਲੀ ਦਲ ਭਾਜਪਾ ਦਾ ਜਿਹੜਾ ਮਿਸ ਰੂਲ ਸੀਗਾ ਜੋ 10 ਸਾਲਾਂ ਦੇ ਵਿੱਚ ਹੋਇਆ, ਅਤੇ ਹੁਣ ਜਿਹੜੀਆਂ ਤਾਜ਼ਾ ਘਟਨਾਵਾਂ ਵੀ ਸਾਹਮਣੇ ਆ ਰਹੀਆਂ ਕਿ ਕਿਸ ਤਰ੍ਹਾਂ ਦੇ ਕਿਰਦਾਰ ਦੇ ਲੋਕ ਇਹਨਾਂ ਪਾਰਟੀਆਂ 'ਚ ਬੈਠੇ ਹੈਗੇ ਆ, ਉਹ ਸਾਰੀਆਂ ਚੀਜ਼ਾਂ ਲੋਕ ਦੇਖ ਰਹੇ ਆ। ਅਤੇ ਤੁਸੀਂ ਦੇਖਿਓ, ਇਹ ਉਦੋਂ ਹੀ ਪਤਾ ਲੱਗਦਾ ਹੁੰਦਾ ਜਦੋਂ ਰਿਜ਼ਲਟ ਆਉਂਦਾ। ਮੈਨੂੰ ਪੂਰਨ ਆਸ ਹੈਗੀ ਆ ਕਿ ਆਮ ਆਦਮੀ ਪਾਰਟੀ ਦੇ ਜਿਹੜੇ ਕੈਂਡੀਡੇਟ ਨੇ, ਮੇਜਰ ਜਨਰਲ ਸੁਰੇਸ਼ ਖਜੂਰੀਆ ਜੀ, ਉਹ ਡੈਫੀਨਿਟਲੀ। ਰਜਿੰਦਰ ਭੰਡਾਰੀ ਜੀ, ਭੰਡਾਰੀ ਸਾਹਿਬ, ਜਿਸ ਤਰੀਕੇ ਦੇ ਨਾਲ ਗੱਠਜੋੜ ਤੇ ਹਮਲਾ ਹੋਇਆ, ਬੇਸ਼ੱਕ ਉਹ ਇਹ ਕਿਹਾ ਜਾਵੇ ਕਿ ਉਸ ਟਾਈਮਿੰਗ ਤੇ ਉਹ ਜਿਹੜੇ ਸਕੈਂਡਲਸ ਦੇ ਵੀਡੀਓਜ਼ ਨੇ ਜਾਂ ਉਹ ਫੋਟੋਗ੍ਰਾਫਸ ਨੇ ਕੁਝ ਨਿੱਜੀ ਜ਼ਿੰਦਗੀ ਨੂੰ ਲੈ ਕੇ ਉਹ ਰਿਲੀਜ਼ ਕੀਤੇ ਗਏ, ਪਰ ਤੁਹਾਨੂੰ ਲੱਗਦਾ ਵੀ ਇਹਦਾ ਬੈਕਲੈਸ਼ ਹੈ ਜਿਹੜਾ ਕਿਤੇ ਨਾ ਕਿਤੇ ਜਨਤਾ ਵੱਲੋਂ ਗੱਠਜੋੜ ਨੂੰ ਮਿਲੂਗਾ, ਪਬਲਿਕ ਸੈਂਟੀਮੈਂਟ ਕਿਤੇ ਨਾ ਕਿਤੇ ਪ੍ਰਭਾਵਿਤ ਹੋਊਗਾ, ਥੋੜ੍ਹੀ ਬਹੁਤ ਵੋਟ ਫਲੋਟ ਹੈ ਜਿਹੜਾ ਹੁੰਦਾ ਉਹ ਹੋਊਗਾ ਤੁਹਾਡੇ ਵਿਰੋਧ 'ਚ? ਨਹੀਂ, ਇੱਦਾਂ ਹੈਗਾ, ਦੇਖੋ ਇਹ ਜਿਹਨਾਂ ਨੇ ਕਿਆਸ ਲਾਇਆ, ਜਿਹਨਾਂ ਨੇ ਮਡ ਸਲਿੰਗਿੰਗ ਕੀਤੀ ਆ, ਕਿੱਚੜ ਜਿਹੜਾ ਉਛਾਲਿਆ, ਇਹ ਤਾਂ ਉਹ ਦੱਸਣਗੇ। ਉਹਨਾਂ ਨੇ ਕੋਸ਼ਿਸ਼ ਕੀਤੀ ਹੈ, ਪਰ ਮੈਂ ਨਹੀਂ ਸਮਝਦਾ। ਅੱਜ ਸਲਾਰੀਆ ਸਾਹਿਬ ਦੀ ਆਪਣੀ ਪ੍ਰੈਸ ਕਾਨਫਰੰਸ ਹੋਈ ਹੈ, ਉਹਨਾਂ ਨੇ ਖੁਦ ਆ ਕੇ ਜਿਹੜਾ ਹੈਗਾ ਸਾਰਾ ਜੋ ਕੁਛ ਉਹਨਾਂ ਤੇ ਇਲਜ਼ਾਮ ਲਾਉਣ ਦੀ ਇਹਨਾਂ ਨੇ ਕੋਸ਼ਿਸ਼ ਕੀਤੀ ਆ, ਪੂਰੀ ਤਰ੍ਹਾਂ ਉਹ ਬੋਲੇ ਨੇ। ਔਰ ਅੰਦਰਲੀ ਗੱਲ ਇਹ ਹੈ, ਇਹ ਬਹੁਤ ਜ਼ਿਆਦਾ ਜਿਹੜੀ ਹੈ ਡੈਸਪਰੇਸ਼ਨ ਹੈ ਕਾਂਗਰਸ ਦੇ ਵਿੱਚ ਕਿ ਕਿਸੇ ਤਰੀਕੇ ਅਸੀਂ ਬਾਈ ਦਿਸ ਔਰ ਦੈਟ ਵੇ, ਹੁੱਕ ਔਰ ਕਰੁੱਕ, ਬਾਈ ਰਾਈਟ ਮੀਨਸ ਔਰ ਰੋਂਗ ਮੀਨਸ, ਅਸੀਂ ਇਹ ਬਾਈ ਇਲੈਕਸ਼ਨ ਜਿੱਤ ਲਈਏ। ਕਿਉਂਕਿ 6 ਮਹੀਨਿਆਂ ਦੇ ਵਿੱਚ ਕਾਂਗਰਸ ਡਿਲੀਵਰ ਤਾਂ ਕੁਛ ਕਰ ਨਹੀਂ ਪਾਈ। ਜਿਹੜੇ ਐਡੇ ਐਡੇ ਇਹਨਾਂ ਨੇ ਕੈਂਪ ਲਾਏ ਸੀਗੇ ਔਰ ਹਜ਼ਾਰਾਂ ਲੱਖਾਂ ਦੀ ਗਿਣਤੀ ਚ ਯੂਥ ਕੋ ਰਜਿਸਟ੍ਰੇਸ਼ਨ ਫਾਰਮ ਭਰਵਾਏ ਸੀ ਕਿ ਅਸੀਂ ਸਮਾਰਟ ਫੋਨ ਦੇਵਾਂਗੇ, ਉਹ ਕਿੱਥੇ ਗਏ ਸਮਾਰਟ ਫੋਨ? ਉਸ ਤੋਂ ਬਾਅਦ ਜਿਹੜੀ ਗੱਲ ਇਹਨਾਂ ਨੇ ਕਿਸਾਨਾਂ ਨੂੰ ਕਹੀ ਜੀ ਆਉਂਦੇ ਤੁਹਾਡਾ ਕਰਜ਼ਾ ਮਾਫ਼ ਕਰ ਦਾਂਗੇ, ਉਹ ਕਰਜ਼ਾ ਮਾਫ਼ ਕਿੱਥੇ ਗਿਆ?
ਜਿਹੜੀ ਗੱਲ ਇਹਨਾਂ ਨੇ ਰੇਤਾ ਬਜਰੀ ਦੀ ਕਹੀ ਸੀ ਜੀ, ਅਸੀਂ ਤਾਂ ਐਂ ਕਰ ਦਾਂਗੇ, ਅੱਜ ਉਹ ਰੇਤਾ ਬਜਰੀ ਦੇ ਰੇਟ ਕਿੱਥੇ ਪਹੁੰਚ ਗਏ? ਫਿਰ ਉਸ ਤੋਂ ਬਾਅਦ ਜਿਹੜਾ ਅਨਇੰਪਲਾਇਮੈਂਟ ਬਾਰੇ ਇਹਨਾਂ ਨੇ ਕਿਹਾ ਸੀਗਾ ਕਿ ਅਸੀਂ ਤਾਂ ਹਰ ਘਰ ਦੇ ਵਿੱਚ ਨੌਕਰੀ ਦੇਵਾਂਗੇ, ਜੇ ਨੌਕਰੀ ਨਾ ਮਿਲੀ ਤੇ ਅਸੀਂ ਅਨਇੰਪਲਾਇਮੈਂਟ ਅਲਾਉਂਸ ਦੇਵਾਂਗੇ, ਉਹ ਕਿੱਥੇ ਹੈ? ਯਾਨੀ ਉਸ ਪੈਮਾਨੇ ਤੇ ਅੱਜ ਕਾਂਗਰਸ ਬਿਲਕੁਲ ਨੇੜੇ ਵੀ ਨਹੀਂ ਨਜ਼ਰ ਆਉਂਦੀ। ਇਸ ਕਾਰਨ ਉਹਨਾਂ ਕੋਲ ਬੇਸਿਕਲੀ ਆਪ ਉਹਨਾਂ ਨੇ ਅਜੇ ਤਾਈਂ ਕੀ ਕੀਤਾ ਉਹ ਦੱਸਣ ਵਾਸਤੇ ਹੈ ਨਹੀਂ। ਇਸ ਕਾਰਨ ਕੋਈ ਨਾ ਕੋਈ ਇਹੋ ਜਿਹਾ ਰਸਤਾ ਲੱਭੋ ਤਾਂ ਕਿ ਪੰਜ ਕੁ ਦਿਨਾਂ ਵਿੱਚ ਜਿਹੜੇ ਪੰਜ ਛੇ ਦਿਨ ਰਹਿ ਗਏ ਇਲੈਕਸ਼ਨ ਦੇ ਵਿੱਚ ਘੱਲੂਘਾਰਾ ਜਿਹਾ ਪਾ ਦਿਓ ਤਾਂ ਕਿ ਲੋਕਾਂ ਨੂੰ ਸਮਝ ਨਾ ਆਵੇ। ਭੰਡਾਰੀ ਸਾਹਿਬ ਕੋਸ਼ਿਸ਼ ਉਹ ਕਰ ਰਹੇ ਹੈ ਲੇਕਿਨ ਉਹ ਬਿਲਕੁਲ ਸਕਸੈਸਫੁਲ ਨਹੀਂ ਹੋਣਾ, ਕਿਉਂਕਿ ਕਾਂਗਰਸ ਇੱਕ ਕਲਚਰ ਹੈ, ਕਾਂਗਰਸ ਸੰਸਕ੍ਰਿਤੀ ਹੈ ਕਿ ਉਹ ਭੈੜੀ ਹੀ ਸੋਚ ਦੇ ਮਾਲਕ ਨੇ, ਉਹਨਾਂ ਨੇ ਭੈੜੇ ਇਹੋ ਜਿਹੇ ਕੰਮ ਕਰਨੇ ਆ। ਠੀਕ ਹੈ ਭੰਡਾਰੀ ਸਾਹਿਬ, ਪਰ ਇਸ ਮਾਮਲੇ ਦੇ ਵਿੱਚ ਇੱਕ ਹੋਰ ਚੀਜ਼ ਵੀ ਹੈ, ਔਰ 6 ਮਹੀਨੇ ਦੇ ਵਿੱਚ ਇਹਨਾਂ ਨੇ ਝੂਠ ਔਰ ਮਕਾਰੀ ਦਾ ਹੀ ਸਾਥ ਦਿੱਤਾ। ਚਲੋ ਠੀਕ ਹੈ, ਪਰ ਅੱਜ ਹੀ ਇੱਕ ਕਾਂਗਰਸ ਦੇ ਮਾਝੇ ਦੇ ਬੜੇ ਕੱਦਾਵਰ ਆਗੂ ਨੇ, ਅੱਜ ਹੀ ਉਹਨਾਂ ਦਾ ਵੀ ਇੱਕ ਵੀਡੀਓ ਰਿਲੀਜ਼ ਹੋ ਗਿਆ। ਉਹ ਮੇਰੇ ਖਿਆਲ ਹੈ ਤਾਂ ਉਹ ਕੋਈ ਕਾਫੀ ਪੁਰਾਣਾ, ਕਰੀਬ ਦਹਾਕੇ ਪੁਰਾਣਾ, ਪਰ ਉਹ ਜਿਹੜੀ ਉਹੀ ਹੈ ਚਿੱਕੜ ਸੁੱਟਣ ਵਾਲੀ ਗੱਲ ਹੈ ਕਿ ਉਹ ਸਾਰਿਆਂ ਦੇ ਵੱਲੋਂ ਹੋ ਰਹੀ ਹੈ। ਕਮਲਜੀਤ ਸਿੰਘ ਬਰਾੜ ਕਾਂਗਰਸ ਤੋਂ ਜੁੜੇ ਹੋਏ, ਕਹਿ ਨਹੀਂ ਰਹੇ। ਦੇਖੋ ਨਾ, ਅਸੀਂ ਤਾਂ ਕਹਿ ਨਹੀਂ ਰਹੇ, ਅਸੀਂ ਤਾਂ ਅਸੈਂਬਲੀ ਇਲੈਕਸ਼ਨ ਦੇ ਵਿੱਚ ਰੂਸਾ ਦਾ, ਠੀਕ ਹੈ, ਪਰ ਇਹ ਸਵਾਲ ਜਨਤਾ ਦੇ ਮੁੱਦੇ ਚੁੱਕੇ ਜਾਣੇ ਚਾਹੀਦੇ ਸੀ, ਸ਼ਾਇਦ ਉਹ ਇੱਕ ਦੂਜੇ ਨੂੰ ਜਿਹੜਾ ਕਰੈਕਟਰ ਸਰਟੀਫਿਕੇਟ ਵੰਡਣ ਵਾਲਾ ਕੰਮ ਹੈ, ਟ੍ਰੈਂਡ ਹੈ, ਉਹ ਗਲਤ। ਕਮਲਜੀਤ ਸਿੰਘ ਬਰਾੜ ਕਾਂਗਰਸ ਤੋਂ ਸਾਡੇ ਆ ਫੋਨ ਲਾਈਨ ਤੇ ਜੁੜੇ ਹੋਏ ਨੇ। ਕਮਲਜੀਤ ਸਿੰਘ ਬਰਾੜ, ਅਸੀਂ ਕਹਿੰਦੇ ਅਸੀਂ ਤਾਂ ਪ੍ਰਿੰਸੀਪਲ ਹੀ ਕਹਿੰਦੇ ਜੀ ਬਰਾੜ ਸਾਹਿਬ। ਨਹੀਂ, ਅੱਜ ਵੀ ਅਸੀਂ ਕਮਲਜੀਤ ਸਿੰਘ ਬਰਾੜ, ਪਲੀਜ਼ ਮੇਰੀ ਗੱਲ ਸੁਣਨਾ ਜੀ। ਮੈਂ ਆ ਰਿਹਾ ਭੰਡਾਰੀ ਸਾਹਿਬ ਤੁਹਾਡੇ ਕੋਲ, ਆ ਰਿਹਾ ਮੈਂ ਤੁਹਾਡੇ ਕੋਲ। ਕਮਲਜੀਤ ਸਿੰਘ ਬਰਾੜ, ਕੀ ਕਾਂਗਰਸ ਦੇ ਵੱਲੋਂ ਜੋ ਜਿਵੇਂ ਭੰਡਾਰੀ ਸਾਹਿਬ ਕਹਿ ਰਹੇ ਆ ਔਰ ਬਾਕੀਆਂ ਦੇ ਵੱਲੋਂ ਵੀ ਇਲਜ਼ਾਮ ਲਗਾਏ ਜਾ ਰਹੇ ਕਿ ਕਾਂਗਰਸ ਦੇ ਵੱਲੋਂ ਇਹ ਜਿਹੜੇ ਵੀਡੀਓਜ਼ ਨੇ ਜਾਂ ਇਹ ਹੈ, ਇਹ ਇਲੈਕਸ਼ਨ ਨੂੰ ਡਾਇਵਰਟ ਕਰਨ ਦੇ ਲਈ, ਵੋਟਰਾਂ ਦਾ ਮੂਡ ਡਾਇਵਰਟ ਕਰਨ ਦੇ ਲਈ ਇਹ ਸਭ ਕੀਤਾ ਜਾ ਰਿਹਾ? ਕਮਲਜੀਤ ਸਿੰਘ ਬਰਾੜ ਨਾਲ ਦੁਬਾਰਾ ਸੰਪਰਕ ਕਰਨ ਦੀ ਕੋਸ਼ਿਸ਼ ਕਰਾਂਗੇ। ਉਸ ਤੋਂ ਇਲਾਵਾ ਭੰਡਾਰੀ ਸਾਹਿਬ ਨਾਲ ਗੱਲ ਚੱਲ ਰਹੀ ਸੀ। ਭੰਡਾਰੀ ਸਾਹਿਬ, ਜੇ ਇਹ ਮੰਨਿਆ ਜਾਵੇ ਕਿ ਇਲੈਕਸ਼ਨ ਲੋਕ ਸਭਾ ਦਾ ਹੈ, ਤਾਂ ਫਿਰ ਜਿਹੜੀ ਓਬਜ਼ਰਵੇਸ਼ਨ ਹੈ ਜਾਂ ਅਨੈਲਿਸਿਸ ਹੈ ਉਹ ਸੈਂਟਰ ਗਵਰਨਮੈਂਟ ਦੇ ਕੰਮ ਦਾ ਵੀ ਨਹੀਂ ਹੋਊਗਾ ਜਾਂ ਸਿਰਫ ਪੰਜਾਬ ਸਰਕਾਰ ਦੇ ਕੰਮਾਂ 'ਤੇ ਹੀ ਜਨਤਾ ਵੋਟ ਕਰੂਗੀ? ਨਹੀਂ ਨਹੀਂ, ਆਪਾਂ ਤਾਂ ਬਿਲਕੁਲ ਕਲੀਅਰ ਹੈ, ਉਹ ਸੈਂਟਰ ਗਵਰਨਮੈਂਟ ਦੀ ਪਰਫਾਰਮੈਂਸ 'ਤੇ ਸਾਡੇ ਨਾਲ ਬਹਿਸ ਕਰ ਲੈਣ, ਉਹ ਸਟੇਟ ਗਵਰਨਮੈਂਟ ਦੀ ਪਰਫਾਰਮੈਂਸ 'ਤੇ ਸਾਡੇ ਨਾਲ ਬਹਿਸ ਕਰ ਲੈਣ, ਉਹ ਗੁਰਦਾਸਪੁਰ ਦੀ ਡਿਵੈਲਪਮੈਂਟ 'ਤੇ ਸਾਡੇ ਨਾਲ ਬਹਿਸ ਕਰ ਲੈਣ, ਮੁੱਦਿਆਂ 'ਤੇ ਗੱਲ ਕਰਨ, ਇੱਧਰ ਉੱਧਰ ਜਾਣ ਦੀ ਕੋਸ਼ਿਸ਼ ਨਾ ਕਰਨ, ਔਰ ਐਵੇਂ ਭਰਮ ਨਾ ਫੈਲਾਉਣ ਉਹ ਹੈ ਫੋਟੋ ਨਹੀਂ ਹੈ, ਉਹ ਫਲਾਨਾ ਟਿਕਾਨਾ, ਅਸੀਂ ਉਹ ਬਰੀਕੀ 'ਚ ਨਹੀਂ ਪੈਣਾ ਚਾਹੁੰਦੇ। ਲੇਕਿਨ ਸਵਾਲ ਹੈ, ਇਲੈਕਸ਼ਨ ਜਿਹੜਾ ਲੜਿਆ ਜਾ ਰਿਹਾ ਉਹ ਮੁੱਦਿਆਂ 'ਤੇ ਹੈ, ਗੁਰਦਾਸਪੁਰ ਹੈ ਜਾਂ ਪਾਰਲੀਮੈਂਟ ਦਾ ਇਲੈਕਸ਼ਨ ਹੈ, ਮੋਦੀ ਸਰਕਾਰ ਦੀ ਪਰਫਾਰਮੈਂਸ 'ਤੇ ਆ ਕੇ ਗੱਲ ਕਰੋ ਨਾ ਤੁਹਾਡੇ ਨਾਲ। ਠੀਕ ਹੈ, ਹਿੰਮਤ ਸਿੰਘ ਸ਼ੇਰਗਿੱਲ, ਮੈਂ ਤੁਹਾਡੇ ਤੋਂ ਇਹੀ ਸਵਾਲ ਪੁੱਛਣਾ, ਮੋਦੀ ਸਰਕਾਰ ਦੀ 3-3.5 ਸਾਲ ਦੀ ਜਿਹੜੀ ਕਾਰਗੁਜ਼ਾਰੀ ਹੈ, ਕੀ ਉਹ ਇਸ ਲਾਇਕ ਹੈ ਕਿ ਗੁਰਦਾਸਪੁਰ ਦਾ ਵੋਟਰ ਹੈ ਜਿਹੜਾ ਉਹ ਵੋਟ ਪਾਵੇ ਖੁੱਲ ਕੇ ਭਾਜਪਾ ਦੇ ਹੱਕ ਦੇ ਵਿੱਚ? ਇਹ ਸਵਾਲ ਬ੍ਰੇਕ ਤੋਂ ਬਾਅਦ ਲਵਾਂਗੇ, ਇੱਕ ਬ੍ਰੇਕ ਦੇ ਲਈ ਰੁਕ ਰਹੇ ਹਾਂ, ਛੋਟਾ ਜਿਹਾ ਬ੍ਰੇਕ। ਬ੍ਰੇਕ 'ਤੇ ਜਾਣ ਤੋਂ ਪਹਿਲਾਂ ਦਰਸ਼ਕਾਂ ਤੋਂ ਸਵਾਲ ਜੋ ਅਸੀਂ ਪੁੱਛ ਰਹੇ ਹਾਂ ਲਗਾਤਾਰ ਇੱਕ ਵਾਰ ਫਿਰ ਤੁਹਾਨੂੰ ਦੱਸ ਦਈਏ, ਦੁਹਰਾ ਦਈਏ ਕਿ ਗੁਰਦਾਸਪੁਰ ਜ਼ਿਮਨੀ ਚੋਣ ਦੇ ਵਿੱਚ ਸਿਆਸੀ ਦਲਾਂ ਨੇ ਬੁਨਿਆਦੀ ਮੁੱਦਿਆਂ ਨੂੰ ਭੁਲਾ ਦਿੱਤਾ ਹੈ। ਹਾਂ ਜਾਂ ਨਾ ਦੇ ਵਿੱਚ ਤੁਸੀਂ ਆਪਣੇ ਜਵਾਬ 5-7-5-7-5 'ਤੇ SMS ਕਰ ਸਕਦੇ ਹੋ। ਹਾਂ ਦੇ ਲਈ ZPHH/Y, ਨਾ ਦੇ ਲਈ ZPHH/N। ਬ੍ਰੇਕ ਤੋਂ ਬਾਅਦ ਤੁਸੀਂ ਕਾਲ ਕਰ ਸਕਦੇ ਹੋ 1800-1800-3535 'ਤੇ। ਛੋਟਾ ਜਿਹਾ ਬ੍ਰੇਕ।